ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਫਾਟਵੇਂ ਸੰਦੇਸ਼। ਅੱਜ ਅਸੀਂ ਪਹੁੰਚੇ ਹਾਂ ਡਿਸਟ੍ਰਿਕਟ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰਹੂਵਾਲ, ਜਿੱਥੇ ਕਿ ਸਾਡੇ ਨਾਲ ਮੌਜੂਦ ਹਨ ਹਲਕਾ ਮੀਤ ਪ੍ਰਧਾਨ ਜੀ, ਜਿਨ੍ਹਾਂ ਨੂੰ ਹਲਕਾ ਮੀਤ ਪ੍ਰਧਾਨ ਡਿਕਲੇਅਰ ਕੀਤਾ ਗਿਆ। ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਸਰ ਬਹੁਤ ਮੁਬਾਰਕਾਂ ਹੋਣ ਕਿ ਤੁਸੀਂ ਹਲਕੇ ਦੇ ਮੀਤ ਪ੍ਰਧਾਨ ਚੁਣੇ ਗਏ ਹੋ। ਅੱਛਾ ਸਰ, ਜਿਹੜਾ ਵੀ ਕਬਰਾਂ ਦਾ ਕੰਮ ਕਰਾਉਂਦੇ ਹੋ ਉੱਥੇ ਕੀ ਕੀ ਕਰਵਾਉਣ ਲੱਗੇ ਹੋ? ਜਿਵੇਂ ਹੁਣ ਪਿੱਛੇ ਤੁਹਾਡੇ ਪਿੰਡ ਦੀਆਂ ਕੁਝ ਪਰਚੀਆਂ ਨਹੀਂ ਕਣਕੀਆਂ ਕੱਟੀਆਂ ਜਾ ਰਹੀਆਂ ਸੀ, ਹੁਣ ਫ੍ਰੀ ਵਾਲੀ ਕਣਕ ਦੁਬਾਰਾ ਤੋਂ ਕਦੋਂ ਕਰਵਾਉਂਦੇ? ਜਿਹੜੀ ਕਣਕ ਦੀ ਗੱਲ ਆ, ਹਾਂਜੀ, ਉਹ ਪਹਿਲਾਂ ਤਾਂ ਪਰਤੀਆਂ ਦਾ ਬੜਾ ਰੌਲਾ ਸੀਗਾ ਜੀ। ਹੁਣ ਇੱਕ ਨਵਾਂ ਕੋਟਾ ਆਉਣ ਲੱਗਾ ਆ ਜੀ। ਅਸੀਂ ਸਾਰੇ ਹੀ ਜਿਹੜੇ ਗਰੀਬ ਆ ਪਿੰਡ ਦੇ ਮਜ਼ਦੂਰ ਆ, ਉਹਨਾਂ ਦੀਆਂ ਪਰਤੀਆਂ ਸਾਰਿਆਂ ਦੀ ਕਟਵਾਵਾਂਗੇ। ਸਾਰੇ ਗਰੀਬਾਂ ਨੂੰ ਬਣਦਾ, ਉਹਨਾਂ ਦਾ ਹੱਕ ਮਿਲੇਗਾ ਜ਼ਰੂਰ ਜੀ। ਤੇ ਸਰ, ਮਨਰੇਗਾ ਦਾ ਕੰਮ ਕਦੋਂ ਸ਼ੁਰੂ ਹੋਣਾ? ਮਨਰੇਗਾ ਦਾ ਕੰਮ ਦੇਖੋ, ਸਰਦਾਰ ਗੁਰਦੀਪ ਸਿੰਘ ਨੇ ਹਵਾ ਦਿੱਤੀ ਰਹਿਣਮਾਈ ਹੇਠ ਜੀ। ਜਦੋਂ ਦੀ ਸਰਕਾਰ ਬਣੀ ਆ, ਉਹਨਾਂ ਦੀ ਰਹਿਣਮਾਈ ਹੇਠ ਕੰਮ ਚੱਲਦਾ ਪਿਆ ਨਰੇਗਾ ਦਾ। ਸਾਫ਼ ਸਫ਼ਾਈ ਨਰੇਗਾ ਦੀ ਹੁੰਦੀ ਆ ਜੀ, ਬਹੁਤ ਵਧੀਆ ਤਰੀਕੇ ਨਾਲ ਕੰਮ ਨਰੇਗਾ ਦਾ ਚੱਲ ਰਿਹਾ, ਚੱਲਦਾ ਰਹੇਗਾ ਜੀ। ਤੇ ਸਰ, ਤੁਹਾਡੇ ਪਿੰਡ ਦੇ ਛੱਪੜਾਂ ਦਾ ਬੜਾ ਬੁਰਾ ਹਾਲ ਆ, ਉਹਦਾ ਕੀ ਸਿਸਟਮ ਕੋਈ ਹੋਇਆ ਵੀ ਸੈੱਟ ਕਰੇ ਕਿ ਨਹੀਂ? ਛੱਪੜਾਂ ਦੀ ਦੇਖੋ ਜੀ, ਟਾਈਮ ਤਾਂ ਲੱਗਦਾ ਹੀ ਆ ਜੀ। ਹੁਣ 70 ਦਾ ਪਹਿਲਾਂ ਕੰਮ ਚੱਲ ਆ ਜੀ। ਛੱਪੜਾਂ ਦੇ ਹਾਲ ਜਿਹੜੇ ਖਸਤਾ ਮਾੜੇ ਨੇ ਬਹੁਤ ਜ਼ਿਆਦਾ ਜੀ। ਹੁਣ ਆਪਾਂ ਸਰਕਾਰ ਨੂੰ ਲਿਖ ਕੇ ਦਿੱਤਾ ਆ ਛੱਪੜ ਬਾਰੇ ਜੀ। ਉਹਦੀ ਜਦੋਂ ਸਰਕਾਰ ਮਤਲਬ ਕਿ ਉਹਦਾ ਪੈਸੇ ਮਿਲਦੀ ਆ, ਛੱਪੜ ਦਾ ਜਿਹੜਾ ਨਿਕਾਸ ਆ ਜ਼ਰੂਰ ਕਰਦਾ ਜੀ। ਅੱਛਾ ਜੀ। ਅੱਛਾ ਸਰ, ਹੋਰ ਤੁਸੀਂ ਪਿੰਡ ਦੇ ਵਿੱਚ ਕੀ ਕੀ ਵਧੀਆ ਚੀਜ਼ਾਂ ਪ੍ਰੋਵਾਈਡ ਕਰਦੇ ਹੋ? ਪਿੰਡ ਦੇ ਦੇਖੋ ਸਰ, ਜਿਹੜਾ ਪਾਣੀ ਆ, ਪਾਣੀ ਦੀ ਬੜੀ ਗੰਦਾ ਆ, ਪਾਣੀ ਦਿੱਕਤ ਬੜੀ ਆ ਪਾਣੀ ਦੀ, ਪੀਣ ਵਾਲੇ ਪਾਣੀ ਦੀ। ਉਹਦਾ ਹੁਣ ਅਸੀਂ ਇੱਕ ਸਰਕਾਰੀ ਫਿਲਟਰ ਲਵਾਏ ਆ ਦੋ, ਜਿਹੜੇ ਸਾਰੇ ਪਿੰਡ ਦੇ ਲੋਕਾਂ ਨੂੰ ਪਾਣੀ ਸਾਫ਼ ਸੁਥਰਾ ਮਿਲ ਸਕੇ ਸਰਕਾਰੀ ਫਿਲਟਰ। ਅੱਛਾ ਸਰ, ਕੀ ਨਾਂ ਲੈਂਦੇ, ਜਿਹੜਾ ਤੁਹਾਡੇ ਪਿੰਡ ਦਾ ਵਾ ਹਾਲਾਤ, ਜਿਹੜੇ ਹੁਣ ਕਾਬੂ ਹੋਏ ਆ ਨਸ਼ੇ ਦੇ ਵਿਰੁੱਧ, ਕਿਹਾ ਕਹਿੰਦੇ ਨਸ਼ੇ ਦੇ ਵਿਰੁੱਧ ਜੀ? ਪਹਿਲਾਂ ਤਾਂ ਬਹੁਤ ਜ਼ਿਆਦਾ ਨਸ਼ਾ ਮਿਲਦਾ ਕਾਂਗਰਸ ਦੀ ਸਰਕਾਰ 'ਚ, ਜਦੋਂ ਦੀ ਆਮ ਆਦਮੀ ਪਾਰਟੀ ਲੋਕਾਂ ਨੇ ਸਰਕਾਰ ਬਣਾਈ ਆ, ਉਦੋਂ ਦਾ ਨਸ਼ਾ ਬਿਲਕੁਲ ਹੀ ਬੰਦ ਆ ਇੱਥੇ। ਜੇ ਕੋਈ ਨਸ਼ਾ ਵੇਚੇਗਾ ਅਸੀਂ ਉਹਦੇ ਬਿਲਕੁਲ ਖਿਲਾਫ਼ ਆ, ਉੱਥੇ ਬੰਦ ਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਤੇ ਆਪਾਂ ਤਾਂ ਸਰ ਜਦੋਂ ਸਰਕਾਰ ਬਣੀ ਅਨਾਊਂਸਮੈਂਟ ਵੀ ਕਰਵਾ ਦਿੱਤੀ ਆ, ਜਿਹੜਾ ਨਸ਼ਾ ਵੇਚੇਗਾ ਉਹਦਾ ਖਮਿਆਜ਼ਾ ਭੁਗਤੇਗਾ। ਨਾਲ ਹਲਕਾ ਮੀਤ ਪ੍ਰਧਾਨ ਸ਼ੁਭਮ ਭਾਰਤਵਾਜ ਜੀ, ਧੰਨਵਾਦ।